ਜਿਹਨਾਂ ਕਿਸੇ ਦੇ ਘਰ ਹੀ ਸਮਝ ਲਓ ਕਿ ਗੱਡੀ ਧੋਣ ਆਏ ਹੋਏ ਸੀ ਅਤੇ ਇਹ ਨਾ ਇਹ ਵੀ ਇੱਕ ਕੰਮ ਬਹੁਤ ਵਧੀਆ ਆਇਆ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਨਾ ਲੋਕਾਂ ਦੇ ਘਰਾਂ 'ਚ ਨਾ ਤੁਸੀਂ ਜਾ ਕੇ ਕੰਟੈਕਟ ਉਹਨਾਂ ਨੂੰ ਕਰਕੇ ਉਹਨਾਂ ਦੇ ਘਰ 'ਚ ਜਾ ਕੇ ਗੱਡੀਆਂ ਧੋ ਸਕਦੇ ਹਾਂ। ਸੋ ਜੇਕਰ ਤੁਸੀਂ ਵਧੀਆ ਤਰੀਕੇ ਨਾਲ ਗੱਡੀ ਧੋਨੇ ਆ ਤਾਂ ਤੁਹਾਨੂੰ ਜਿਹੜੇ ਪੈਸੇ ਵੀ ਵਧੀਆ ਮਿਲਦੇ ਆ ਅਤੇ ਤੁਹਾਡੇ ਕੰਟੈਕਟ ਵੀ ਬਣ ਜਾਂਦੇ ਆ। ਬਹੁਤ ਸਾਰੇ ਲੋਕ ਜਿਹੜੇ ਆ ਉਹ ਦੱਸਦੇ ਨਹੀਂ ਆ, ਲੋਕ ਸ਼ਰਮ ਕਰਦੇ ਆ, ਲੇਕਿਨ ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਕਿ ਜੋ ਵੀ ਅਸਲੀ ਆਵਾਂ। ਹੁਣ ਆਪਾਂ ਗੱਡੀ ਧੋਂਦੇ ਪਏ ਸੀਗੇ ਇਹਨਾਂ ਦੇ ਘਰ, ਆਪਾਂ ਗੱਡੀ ਧੋ ਕੇ ਅਤੇ ਆਪਣੇ ਪੈਸੇ ਲੈ ਕੇ ਚਲੇ ਜਾਣਾ ਆ, ਸਾਰਾ ਸਮਾਨ ਇਹਨਾਂ ਦਾ ਹੋਣਾ ਆ, ਗੱਡੀ ਧੋਣੀ ਆ ਅਤੇ ਅਸੀਂ ਆਪਣੇ ਮਤਲਬ ਕਿ ਘਰ ਚਲੇ ਜਾਣਾ ਆ। ਸੋ ਦੋਸਤੋ ਇਹ ਜਿਹੜੇ ਕੰਟੈਕਟ ਥਰੂ ਜਿਹੜੇ ਕੰਮ ਇੱਥੇ ਮਿਲ ਜਾਂਦੇ ਆ ਅਤੇ ਜਵਾਨ ਜਿਹੜੀ ਆ ਉਹ ਸਿੱਖਿਆ ਕਰੋ। ਚਲੋ ਹੁਣ ਸਾਨੂੰ ਜਵਾਨ ਨਹੀਂ ਆਉਂਦੀ, ਨਾਲ ਦੇ ਬੰਦੇ ਨੂੰ ਜਵਾਨ ਆਉਂਦੀ ਆ ਅਤੇ ਉਹ ਬੋਲ ਕੇ ਜਿੱਦਾਂ ਆਪਣਾ ਸਿਸਟਮ ਆ ਕਰ ਲੈਂਦਾ ਆ, ਅਤੇ ਜਵਾਨ ਜਿਹੜੀ ਆ ਉਹ ਜ਼ਰੂਰ ਸਿੱਖਿਆ ਕਰੋ। ਜਵਾਨ ਨਾਲ ਕੀ ਆ ਤੁਹਾਡੇ ਜਿਹੜੇ ਪੈਸੇ ਆ ਉਹ ਲਗਭਗ ਡਬਲ ਹੋ ਜਾਂਦੇ ਆ, ਵਿੱਚ ਕੋਈ ਵਿਚੋਲਾ ਨਹੀਂ ਰਹਿ ਜਾਂਦਾ। ਅਤੇ ਕੰਮਾਂ ਦੀਆਂ ਜਿਹੜੀਆਂ ਵੀਡੀਓ ਪਾਉਂਦੇ ਰਿਹਾ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਬਾਹਰਲੇ ਮੁਲਕਾਂ 'ਚ ਕੀ ਕੰਮ ਹੁੰਦੇ ਆ। ਸੋ ਬਾਕੀ ਦੋਸਤੋ ਖੁਸ਼ ਰਹੋ ਅਤੇ ਜਿੰਦਾ।